ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਣਧੀਰ ਸਿੰਘ ਜੀ ਲਿਖਤ ਪੁਸਤਕ ਗੁਰਮਤ ਪ੍ਰਕਾਸ਼ ਦਾ ਨੌਵਾਂ ਅਧਿਆਇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜੀਵਾਂ ਦਾ ਉਧਾਰ ਕਿਵੇਂ ਹੋਇਆ ਇੱਕ ਸਜਣ ਸ਼ੰਕਾ ਕਰਦੇ ਹਨ ਕਿ ਜੇ ਸਤਨਾਮ ਕੇਵਲ ਗੁਰੂ ਸਾਹਿਬ ਨੇ ਹੀ ਦਰੜਾਇਆ ਹੈ ਅਤੇ ਜੇ ਕੇਵਲ ਸਤਨਾਮ ਦੁਆਰਾ ਹੀ ਸੰਸਾਰੀ ਜੀਵਾਂ ਦੇ ਸੱਚ ਉਧਾਰ ਅਤੇ ਕਲਿਆਣ ਉਪਕਾਰ ਦਾ ਸੱਚਾ ਧੁਰਵਾ ਬਜਦਾ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਮਨੁੱਖਾਂ ਦਾ ਕਲਿਆਣ ਉਧਾਰ ਕਿਵੇਂ ਹੋਇਆ ਕਿਉਂਕਿ ਤਤ ਉਧਾਰ ਤਾਂ ਕੇਵਲ ਸਤਨਾਮ ਦੁਆਰਾ ਹੀ ਹੋਣਾ ਗੁਰਮਤਿ ਸਿਧਾਂਤ ਅਨੁਸਾਰ ਸਿੱਧ ਕੀਤਾ ਗਿਆ ਹੈ ਇਸ ਦੇ ਉੱਤਰ ਵਿੱਚ ਅਸੀਂ ਗੱਜ ਵੱਜ ਕੇ ਅਤੇ ਡੰਕੇ ਦੀ ਚੋਟ ਨਾਲ ਆਖਦੇ ਹਾਂ ਅਤੇ ਇੱਕ ਵਾਰ ਨਹੀਂ ਲੱਖ ਲੱਖ ਵਾਰ ਆਖਦੇ ਹਾਂ ਕਿ ਮਨੁੱਖਾਂ ਦਾ ਸੱਚਾ ਉਧਾਰ ਅਤੇ ਸੱਚਾ ਕਲਿਆਣਮਈ ਉਪਕਾਰ ਗੁਰਮਤਿ ਸਿਧਾਂਤ ਅਨੁਸਾਰ ਕੇਵਲ ਸਤਨਾਮ ਦੁਆਰਾ ਹੀ ਸੰਭਵ ਹੈ ਅਤੇ ਇਹ ਸਤਨਾਮ ਕੇਵਲ ਸਤਗੁਰੂ ਨਾਨਕ ਸਾਹਿਬ ਦੁਆਰਾ ਹੀ ਪ੍ਰਗਟ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਬਚਿੱਤਰ ਨਾਟਕ ਬਾਣੀ ਦੁਆਰਾ ਸਪਸ਼ਟ ਤੌਰ ਤੇ ਇਸ ਗੱਲ ਨੂੰ ਨਿਤਾਰ ਦਿੱਤਾ ਹੈ ਕਿ ਇਸ ਮਾਤ ਲੋਕ ਵਿਖੇ ਜਿਤਨੇ ਅਵਤਾਰ ਅੰਬੀਆਂ ਅਤੇ ਪੈਗੰਬਰ ਆਏ ਅਰਥਾਤ ਅਕਾਲ ਪੁਰਖ ਵੱਲੋਂ ਜੀਵਾਂ ਦੇ ਕਲਿਆਣ ਨਮਿਤ ਪਠਾਏ ਗਏ ਉਹਨਾਂ ਸੰਬੰਧੀ ਕਥਨ ਹੈ ਸਭ ਆਪਣੀ ਆਪਣੀ ਓਰਝਾਨਾ ਪਾਰ ਬ੍ਰਹਮ ਕਾਹੂ ਨਾ ਪਛਾਨਾ ਪੁਨਾ ਜੋ ਪ੍ਰਭ ਪਰਮ ਪੁਰਖ ਉਪਜਾਏ ਤਿੰਨ ਤਿੰਨ ਆਪਣੇ ਰਾਹ ਚਲਾਏ ਪੁਨਾ ਜਨ ਜਨ ਤਨਕ ਸਿੱਧ ਕੋ ਪਾਇਓ ਤਿੰਨ ਤਿੰਨ ਆਪਣਾ ਰਾਹ ਚਲਾਇਓ ਪਰਮੇਸ਼ਰ ਨਾ ਕਿਨਹੁ ਪਹਿਚਾਨਾ ਮਮ ਉਚਾਰਤੇ ਭਇਓ دیਵਾਨਾ ਪਰਮ ਤਤ ਕਿਨਹੁ ਨਾ ਪਹਿਚਾਨਾ ਆਪ ਆਪ ਭੀਤਰ ਉਰ ਜਾਣਾ ਸਭ ਤੇ ਆਪਣਾ ਨਾਮ ਜਪਾਇਓ ਸਤ ਨਾਮ ਕਾਹੋ ਨਾ ਡਰਾਇਓ ਬਚਿਤ੍ਰਨਾਟਕ ਧਿਆਏ ਛੇਵਾ બસ ਇਹ ਗੱਲ ਤਾਂ ਸ੍ਰੀ ਨਾਨਕ ਦਸ਼ਮੇਸ਼ ਦੇ ਉਚਾਰੇ ਵਾਕਾਂ ਦੀ ਪੁਸ਼ਟੀ ਦੁਆਰਾ ਸਿੱਧ ਹੋ ਗਈ ਕਿ ਸਤਨਾਮ ਕਾਹੋਂ ਨਾ ਡਰਦਾਇਓ ਸਤਗੁਰ ਨਾਨਕ ਤੋਂ ਪ੍ਰਥਮ ਸਤਨਾਮ ਕਿਸੇ ਨੇ ਵੀ ਨਹੀਂ ਡਰਾਇਆ ਡਰਦਾਂਦਾ ਕਿੱਥੋਂ ਧੁਰ ਅਕਾਲ ਪੁਰਖ ਦੀ ਦਰਗਾਹ ਤੋਂ ਇਹ ਸਤਨਾਮ ਸਤਗੁਰ ਨਾਨਕ ਬਾਝੋਂ ਕਿਸੇ ਨੂੰ ਪ੍ਰਾਪਤ ਹੀ ਨਹੀਂ ਹੋਇਆ ਪ੍ਰਾਪਤ ਹੁੰਦਾ ਕਿੱਥੋਂ ਕਿਸੇ ਇਸ ਗੱਲ ਦੀ ਪਰਵਾਹ ਹੀ ਨਹੀਂ ਕੀਤੀ ਕਿ ਜੀਵਾਂ ਦਾ ਉਧਾਰ ਕਿਸ ਵਿਧ ਹੋਣਾ ਹੈ ਉਹਨਾਂ ਨੂੰ ਤਾਂ ਆਪਣੇ ਆਪੇ ਪੈ ਗਈ ਉਹ ਤਾਂ ਇਸੇ ਗੱਲ ਵਿੱਚ ਫੁੱਲ ਬੈਠੇ ਕਿ ਸਾਨੂੰ ਆਕਾਸ਼ ਬਾਣੀ ਹੋਈ ਹੈ ਕਿ ਜਾਓ ਤੁਸੀਂ ਜੀਵਾਂ ਦਾ ਉਧਾਰ ਕਰੋ ਤੁਸੀਂ ਰਹਿਬਰ ਥਾਪੇ ਗਏ ਬਸ ਇਤਨੇ ਵਿੱਚ ਹੀ ਉਹ ਬਫਾ ਗਏ ਇਸ ਬਫਨ ਬਫਾਈ ਵਾਲੀ ਹਮੇ ਦੀ ਕਾਂਪ ਤੋਂ ਬਚੇ ਤਾਂ ਕੇਵਲ ਗੁਰੂ ਨਾਨਕ ਦੇਵ ਜੀ ਹੀ ਬਚੇ ਆਹਾ ਕਿਸ ਕਮਾਲ ਦੇ ਨਿਮਰ ਬਿਰਤੇ ਵਿੱਚ ਲੀਨ ਹੋ ਕੇ ਸ੍ਰੀ ਗੁਰੂ ਦਸ਼ਮੇਸ਼ ਜੀ ਉਚਾਰਦੇ ਹਨ ਅਕਾਲ ਪੁਰਖ ਬਾਚ ਇਸ ਕੀਟ ਪ੍ਰਤੀ ਬਚਤਰਨਾਟਕ ਅਤੇ ਅਕਾਲ ਪੁਰਖ ਵੱਲੋਂ ਕੀ ਹੁਕਮ ਮਿਲਦਾ ਹੈ ਮੈਂ ਆਪਣਾ ਸੁੱਤ ਤੋਹੇ ਨਿਵਾਜਾ ਪੰਥ ਪਰਚੁਰ ਕਰ ਬੇਕਉ ਸਾਜਾ ਜਾਏ ਤਹਾਂ ਤੈ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਇਸ ਅਕਾਲ ਪੁਰਖੀ ਹੁਕਮ ਦੇ ਉੱਤਰ ਵਿੱਚ ਦੇਖੋ ਸ੍ਰੀ ਦਸ਼ਮੇਸ਼ ਜੀ ਕਿਵੇਂ ਨਿਮਰਿ ਭੂਤ ਹੋ ਕੇ ਉਚਾਰਦੇ ਹਨ ਠਾੜ ਭਾਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਐ ਪੰਥ ਚਲਾ ਤਬ ਜਗਤ ਮੈਂ ਜਬ ਤੁਮ ਘਰੋ ਸਹਾਇ ਬਚਿਤ੍ਰਨਾਟਕ ਤੇ ਆਇ ਛਿਓ ਸਤਗੁਰ ਨਾਨਕ ਦੇਵ ਜੀ ਅਕਾਲ ਪੁਰਖ ਦੇ ਪਠਾਏ ਹੋਏ ਆਏ ਤੇ ਧੁਰ ਦਰਗਾਹੋਂ ਹੁਕਮ ਲੈ ਕੇ ਆਏ ਪਰ ਜਦੋਂ ਆਏ ਅਤੇ ਜਦੋਂ ਕਦੋਂ ਵੀ ਕਦੀ ਕਦੋਂ ਵੀ ਔਰ ਅਨੇਕ ਬ੍ਰਹਮੰਡਾਂ ਦੇ ਉਧਾਰ ਉਪਕਾਰ ਨਮਿਤ ਆਉਂਦੇ ਰਹੇ ਤਦ ਗੁਰੂ ਬਾਬੇ ਨੇ ਆਉਂਦੇ ਹੀ ਆਪ ਹੁਦਰੇ ਕੁਛ ਨਹੀਂ ਕੀਤਾ ਫਿਰ ਧੁਰ ਸੱਚਖੰਡ ਪਹੁੰਚ ਕੇ ਹੁਕਮ ਲਿਆ ਅਤੇ ਲੈਂਦੇ ਰਹੇ ਅਤੇ ਅਕਾਲ ਪੁਰਖ ਨੂੰ ਗੁਰੂ ਧਾਰ ਕੇ ਗੁਰਦਿੱਖਿਆ ਪਾਈ ਸੱਚੀ ਦੇਖਿਆ ਇਨੀਸ਼ੀਏਸ਼ਨ ਪ੍ਰਾਪਤ ਕੀਤੀ ਅਤੇ ਕਰਦੇ ਰਹੇ ਹਾਂਜੀ ਨਾਨਦ ਨਾਮ ਗਰੀਬੀ ਵਾਲੇ ਪਾਈ ਗੁਰਮੁਖ ਦਾਤ ਇਲਾਹੀ ਗੁਰਮੁਖ ਪਾਈ ਦਾਤ ਇਲਾਹੀ ਹਾਂਜੀ ਭਾਈ ਗੁਰਦਾਸ ਜੀ ਬਾਬਾ ਪੈਂਦਾ ਸੱਚਖੰਡ ਨਾਨਦ ਨਾਮ ਗਰੀਬੀ ਪਾਈ ਭਾਈ ਗੁਰਦਾਸ ਜੀ ਵਾਰ ਪਹਿਲੀ ਇਸ ਵਿਧ ਵਾਲੇ ਪੁਰਨੇ ਪਾਏ ਅਤੇ ਪਾਉਂਦੇ ਰਹੇ ਸਤ ਨਾਮ ਦੇ ਸੱਚੀ ਦਾਤ ਪ੍ਰਾਪਤ ਕਰਕੇ ਧੁਰ ਦਾਤੇ ਦੇ ਦਰਬਾਰੋਂ ਪ੍ਰਾਪਤ ਕਰਕੇ ਗੁਰੂ ਬਾਬੇ ਨੇ ਸਤਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਤ ਨਾਮ ਦਾ ਛਾਂਦਾ ਮਾਤ ਲੋਕ ਵਿਖੇ ਆ ਕੇ ਵਰਤਾਇਆ ਨਾ ਕੇਵਲ ਇਸ ਭਾਰਤ ਭੂਮੀ ਹਿੰਦੁਸਤਾਨ ਅੰਦਰ ਹੀ ਬਲਕੇ ਸਾਰੀ ਨਵਖੰਡ ਮੇਦਨੀ ਵਿਖੇ ਇਸੇ ਸਤਨਾਮ ਦਾ ਚੱਕਰ ਫੇਰਾਇਆ ਗੜ ਬਗਦਾਦ ਨਿਵਾਇਕ ਹੈ ਮੱਕਾ ਮਦੀਨਾ ਸਭੇ ਨਿਵਾਇਆ ਸਿੱਧ 84 ਹੀ ਮੰਡਲੀ ਖੱਟ ਦਰਸ਼ਨ ਪਾਖੰਡ ਜਨਾਇਆ ਪਾਤਲਨਾ ਆਕਾਸ ਲਖ ਜਿੱਤੀ ਧਰਤੀ ਜਗਤ ਸਭ ਆਇਆ ਜਿੱਤੀ ਨਵਖੰਡ ਮੇਦਨੀ ਸਤਨਾਮ ਦਾ ਚੱਕਰ ਫੇਰਾਇਆ ਦੇਵ ਦਾਨੋ ਰਾਕਸ਼ ਦੈਂਤ ਸਭ ਚਿਤ ਗੁਪਤ ਸਭ ਚਰਨੀ ਲਾਇਆ ਇੰਦਰਾਸਣ ਅਪਛਰਾ ਰਾਗ ਰਾਗਨੀ ਮੰਗਲ ਗਾਇਆ ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ ਹਿੰਦੂ ਮੁਸਲਮਾਨ ਨਿਵਾਇਆ ਭਾਈ ਗੁਰਦਾਸ ਜੀ ਵਾਰ ਪਹਿਲੀ ਇਹ ਨਵਖੰਡ ਮਿਤਨੀ ਹੀ ਨਹੀਂ ਸਗੋਂ ਲੱਖ ਆਕਾਸ਼ ਪਤਾਲਾਂ ਵਾਲੀਆਂ ਧਰਤੀਆਂ ਪ੍ਰਿਥਵੀਆਂ ਸਤਨਾਮ ਦਾ ਚੱਕਰ ਫਿਰਾ ਕੇ ਜਿਤੀਆਂ ਹਾਂਜੀ ਗੁਰੂ ਬਾਬੇ ਸਾਡੀ ਧਰਤੀ ਜਈਆਂ ਲੱਖਾਂ ਕਰੋੜਾਂ ਧਰਤੀਆਂ ਵਿਖੇ ਸਤ ਨਾਮ ਦਾ ਚੱਕਰ ਫੇਰਾਇਆ ਅਤੇ ਕੋਟ ਬ੍ਰਹਿਮੰਡਾਂ ਨੂੰ ਸਤ ਨਾਮ ਦੇ ਆਸਰੇ ਤਾਰਿਆ ਹਾਂਜੀ ਸਤ ਜੀ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆ ਕਾ ਦਾਤਾ ਜੋ ਹੋਇਆ ਕੋਟ ਬ੍ਰਹਿਮੰਡਾਂ ਦੇ ਵਸਨੀਕ ਅਣਗਿਣਤ ਜੀਆ ਜੰਤ ਦਾ ਦਾਤਾ ਜੋ ਹੋਇਆ ਦਾਤਾ ਵੀ ਜੀ ਦਾਨ ਦੇ ਭਗਤੀ ਲਾਉਣ ਵਾਲੀ ਦਾਤ ਦਾ ਦਾਤਾ ਸਾਇੰਸ ਦੇ ਵਿਦਵਾਨਾਂ ਨੇ ਅੱਜ ਪਤਾ ਕੱਢਿਆ ਹੈ ਕਿ ਅੰਬਰ ਵਿਖੇ ਦਿਸਣ ਹਾਰੇ ਤਾਰੇ ਤੇ ਅ ਸਾਡੇ ਧਰਤੀ ਵਰਗੀਆਂ ਧਰਤੀਆਂ ਅਤੇ ਅ ਸਾਡੇ ਸੂਰਜ ਵਰਗੇ ਅਨੇਕਾਂ ਸੂਰਜ ਹਨ ਤਿਨਾ ਪਰਥਾਏ ਅੱਜ ਤੋਂ 500 ਬਰਸ ਪਹਿਲਾਂ ਹੀ ਸਤਿਗੁਰੂ ਨਾਨਕ ਦੇਵ ਜੀ ਹਾਂਜੀ ਕੋਟ ਬ੍ਰਹਿਮੰਡਾਂ ਦੇ ਸਾਖੀ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਹਤੇ ਇੰਦ ਚੰਦ ਸੂਰ ਕਹਤੇ ਕਹਤੇ ਮੰਡਲ ਦੇਸ ਦਾ ਡੰਕਾ বাজਾਇਆ ਡੰਕਾ ਹੀ ਨਹੀਂ ਬਜਾਇਆ ਆਪਣੇ ਅਨੇਕਾਂ ਗੁਰਸਿੱਖਾਂ ਨੂੰ ਗਿਆਨ ਖੰਡ ਦੇ ਪ੍ਰਚੰਡ ਗਿਆਨ ਦਾ ਗਿਆਤਾ ਸਕਸਾਤ ਗਿਆਤਾ ਬਣਾ ਕੇ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਦਾ ਪ੍ਰਤੱਖ ਸਾਖਿਆਤ ਗਿਆਨ ਅੰਬਰੀ ਨਜ਼ਾਰਾ ਸੰਗੋ ਪਾਗ ਦਿਖਾਇਆ ਸਾਇੰਸ ਦਾ ਨਾਂ ਦੀ ਖੋਜ ਤਾਂ ਅਜੇ ਅਤਿਆੰਤ ਕੱਚੀ ਅਤੇ ਕਿੰਚਤ ਮਾਤਰ ਹੀ ਹੈ ਪਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਤਾਂ ਪੀਰ ਦਸਤਗੀਰ ਦੇ ਬੇਟੇ ਨੂੰ ਇੱਕ ਅੱਖ ਦੇ ਫਰਕਣ ਵਿੱਚ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਸਾਰੇ ਦਿਖਾ ਦਿੱਤੇ। ਭਾਵ ਲੱਖਾਂ ਖੰਡਾਂ ਬ੍ਰਹਮੰਡਾਂ ਦੀ ਸੈਰ ਅੱਖ ਦੇ ਇੱਕ ਫੋਰ ਵਿੱਚ ਕਰਾ ਦਿੱਤੀ ਅਤੇ ਪੀਰ ਦਸਤਗੀਰ ਦੀ ਤਸੱਲੀ ਕਰਨ ਲਈ ਅਤੇ ਉਸ ਨੂੰ ਸਤ ਆਕਾਸ਼ ਸਤ ਪਤਾਲ ਦੇ ਮਹਦੂਦ ਗਿਆਨ ਤੋਂ ਅਪਰੰਪਰ ਵਸੀਹੀ ਅਤੇ ਅਨੰਤ ਗਿਆਨ ਪ੍ਰਦਾਨ ਕਰਨ ਨਮਿਤ ਸ਼ਰਦਾ ਯਕੀਨ ਦੀ ਪੱਟੜੀ ਤੇ ਚੜਨ ਲਈ ਇਹ ਚੋਜ ਸੱਚਾ ਚਲਤ ਚੋਜ ਵਰਤਾਇਆ ਹੈ ਕਿ ਨਾਲ ਲੀਤਾ ਬੇਟਾ ਪੀਰ ਦਾ ਅੱਖੀਂ ਮੀਟ ਗਿਆ ਹਵਾਈ ਲੱਖ ਆਕਾਸ਼ ਪਤਾਲ ਲਖ ਅੱਖ ਫੁਰਕ ਵਿੱਚ ਸਭ ਦਿਖਲਾਈ ਦੇ ਨਾਲ ਹੀ ਭਰ ਕਚਕਾਲ ਪ੍ਰਸਾਦ ਦਾ ਧੁਰੋਂ ਪਤਲੋਂ ਲਈ ਕੜਾ ਹੀ ਭਾਈ ਗੁਰਦਾਸ ਜੀ ਵਾਰ ਪਹਿਲੀ ਪੌੜੀ 36ਵੀਂ ਇਸ ਤੋਂ ਸਾਫ ਪ੍ਰਤੀਤ ਹੈ ਅਤੇ ਸਪਸ਼ਟ ਸਿੱਧ ਹੈ ਕਿ ਗੁਰੂ ਬਾਬੇ ਨੇ ਇਸ ਨਾਵਖੰਡ ਧਰਤੀ ਨੂੰ ਤਾਰਨ ਤੋਂ ਪਹਿਲਾਂ ਸੱਚਾ ਅਮਰ ਵਰਤਾ ਕੇ अनेका Khand ਬ੍ਰਹਮੰਡ ਸਤਨਾਮ ਦਾ ਚੱਕਰ ਫਿਰਾ ਕੇ ਤਾਰ ਛੱਡੇ ਸਨ ਅਰਪਤਾਲ ਲੋਕ ਵਿਖੇ ਗੁਰੂ ਬਾਬੇ ਦੀ ਸੰਗਤ ਇੱਥੇ ਦੀ ਸੰਗਤ ਨਿਆਈ ਹੀ ਕੜਾ ਪ੍ਰਸ਼ਾਦ ਦੀਆਂ ਭੁਗਤਾਂ ਭੁਗਤ ਰਹੀ ਸੀ ਕੋਟ ਬ੍ਰਹਮੰਡ ਦੇ ਨਾਇਕ ਦਾਤੇ ਠਾਕੁਰ ਸਵਾਮੀ ਨੂੰ ਆਪਣੀ ਰਚਨਾ ਦੇ ਜ਼ਰਰ ਜ਼ਰਰ ਮਾਤਰ ਦਾ ਸਮਾਨ ਹੀ ਖਿਆਲ ਫਿਕਰ ਹੈ ਇਸੇ ਪ੍ਰਕਾਰ ਹੀ ਜੁਗਾਂ ਦੇ ਵਰਤਾਰਿਆਂ ਦਾ ਫਿਕਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ